ਆਦ ਸੱਚ ਜੁਗਾਦ ਸੱਚ ਵਾਹਿਗੁਰੂ ਸਾਹਿਬ ਜੀ ਦੀਨ ਗਵਾਇਆ ਦੁਨੀ ਸਿਆਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰੇ ਆ ਗਾਫਲੇ ਆਪਣੇ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇਂ ਮਾਨ ਸੁਣੇ ਲਾਗੇ ਸਹਿਜ ਗਿਆਨ ਨਾਨਕ ਭਗਤਾ ਸੁਦਾ ਵਿਗਾਸ ਸੁਣੇ ਦੂਖ ਪਾਪ ਕਾਨਾਸ ਜੁਗ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਵਾਲੀਏ ਕੁਲਾਲਮ ਸ਼ਬਦ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਨਾ ਦੀ ਮੁਬਾਰਕ ਨਿੱਗੀ ਗੋਦ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸత్సੰਗੀ ਜਨ ਚੱਲ ਰਹੀ ਜਪਬਾਣੀ ਦੀ ਲੜੀਵਾਰ ਵਿਚਾਰ ਅਧੀਨ ਜਿੱਥੇ ਕੱਲ ਦੇ ਦਿਵਾਨਾ ਅੰਦਰ ਆਪਾਂ 9 ਨੰਬਰ ਪੌੜੀ ਦੀ ਵਿਚਾਰ ਕੀਤੀ ਹੈ ਉਥੇ ਅੱਜ ਆਪਾਂ 10 ਨੰਬਰ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਾਂ ਆਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤੇ ਨਾਲ ਸਾਂਝ ਪਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇਕਾਗਰਤਾ ਬਖਸ਼ੋ ਮੇਰੀ ਬੇਨਤੀ ਹੈ ਸੰਗਤ ਨੂੰ ਆਪੋ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾਓ ਕਿਉਂਕਿ ਬੱਚਿਆਂ ਦਾ ਰੋਲਾ ਪੈ ਰਿਹਾ ਹੈ ਕਿਉਂਕਿ ਇਕਾਗਰ ਚਿਤ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਇਕਾਗਰ ਚਿਤ ਨਹੀਂ ਹੋਏ ਤੇ ਸਤਗੁਰ ਪਾਤਸ਼ਾਹ ਕਹਣ ਲੱਗੇ ਗੱਲ ਪੱਲੇ ਨਹੀਂ ਪੈਂਦੀ ਆਓ ਇਕਾਗਰਤਾ ਬਖਸ਼ੋ ਗੱਜ ਕੇ ਫਤੈ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪਾਤਸ਼ਾਹ ਜੀ ਨੇ ਅੱਜ 10 ਨੰਬਰ ਕੋੜੀ ਦੇ ਅੰਦਰ ਜੋ ਸਾਨੂੰ ਉਪਦੇਸ਼ ਦਿੱਤਾ ਹੈ ਮਹਾਰਾਜ ਕਹਿਣ ਲੱਗੇ ਸੁਣਿਆ ਸਤ ਸੰਤੋਖ ਗਿਆਨ ਕਹਿਣ ਲੱਗੇ ਆਪਣੇ ਜੀਵਨ ਅੰਦਰ ਰੱਬ ਦੇ ਨਾਮ ਨੂੰ ਸੁਣ ਕੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਪੈਦਾ ਕੀ ਕਰਨਾ ਹੈ ਇੱਕ ਬੇਨਤੀ ਕਰਾਂਗਾ ਸਤਿਗੁਰੂ ਪਾਤਸ਼ਾਹ ਦਾ ਬਚਨ ਨੇ ਆਪ ਜਦੋਂ ਗੁਰਬਾਣੀ ਨੂੰ ਪੜਦੇ ਮਾਰੇ ਕਿ ਲੱਗੇ ਕਈ ਵਾਰ ਕੀ ਹੁੰਦਾ ਹੈ ਬੰਦੇ ਦੇ ਹੱਥ ਵਿੱਚ ਦੀਵਾ ਹੁੰਦਾ ਤੇ ਦੀਵਾ ਹੁੰਦਿਆ ਹੋਇਆ ਵੀ ਫੜ ਕੇ ਬੰਦਾ ਖੂਚ ਡਿਗ ਜਾਏ ਨਾ ਉਨੂੰ ਕੋਈ ਸਿਆਣਾ ਨਹੀਂ ਕਹੇਗਾ ਕਿਉਂਕਿ ਹੱਥ ਵਿੱਚ ਦੀਵਾ ਸੀ ਨਾ ਚਾਨਣ ਸੀ ਫਿਰ ਵੀ ਖੂਚ ਡੇ ਗਿਆ ਤੇ ਬਾਬਾ ਕਬੀਰ ਸਾਹਿਬ ਕਰਨ ਲਗੇ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੋਏ ਪਰੇ ਕਹਿਣ ਲਗੇ ਇਹਦੇ ਚ ਕਿਹੜੀ ਸਿਆਣਪ ਵਾਲੀ ਗੱਲ ਹੋਈ ਬੰਦੇ ਦੇ ਹੱਥ ਵਿੱਚ ਦੀਵਾ ਹੋਵੇ ਤੇ ਦੀਵਾ ਹੱਥ ਵਿੱਚ ਫੜਿਆ ਹੋਇਆ ਵੀ ਬੰਦਾ ਖੂਚੇ ਡਿਗ ਜਾਏ ਕੋਈ ਸਿਆਣਿਆਂ ਵਾਲੀ ਗੱਲ ਨਹੀਂ ਐ ਸਿਆਣਪ ਵਾਲੀ ਗੱਲ ਨਹੀਂ ਐ ਕਹਿਣ ਲੱਗੇ ਹੁਣ ਜੇ ਰੱਬ ਦੇ ਨਾਮ ਨੂੰ ਕੋਈ ਸੁਣ ਕੇ ਵੀ ਜਾਣਦਾ ਹੋਇਆ ਵੀ ਗਲਤੀਆਂ ਕਰੀ ਜਾਵੇ ਪਤਾ ਵੀ ਐ ਕਿ ਮਹਾਰਾਜ ਇਸ ਪਾਸੋਂ ਰੋਕਦੇ ਪਏ ਨੇ ਹੁਣ ਸਤਗੁਰੂ ਪਾਤਸ਼ਾਹ ਦੀ ਬਾਣੀ ਨੇ ਕਿਹਾ ਨਾ ਮਾਰੇ ਕਹਿਣ ਲੱਗੇ दारू ਨਹੀਂ ਪੀਣੀ ਨਸ਼ਾ ਨਹੀਂ ਕਰਨਾ ਮਾੜੇ ਕਰਮ ਨਹੀਂ ਕਰਨੇ ਪਰ ਜੇ ਬੰਦਾ ਸੁਣ ਲਿਆ ਵਾ ਫਿਰ ਵੀ ਕਰੀ ਜਾ ਰਿਹਾ ਹੈ ਤੇ ਮਾਰੇ ਕਹਿ ਲਗੇ ਇਹਦੇ ਚ ਕਿਹੜੀ ਫਿਰ ਸਿਆਣਪ ਵਾਲੀ ਕੋਈ ਗੱਲ ਹੈ ਸਤਗੁਰੂ ਪਾਤਸ਼ਾਹ ਕਹਿ ਲਗੇ ਸੁਣਿਆ ਸਤ ਸੰਤੋਖ ਗਿਆਨ ਆਪਣੇ ਅੰਦਰ ਸੱਚ ਦਾ ਨਾਮ ਪੈਦਾ ਕਰ ਸਤ ਨਾਮ ਕੀ ਹੈ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਬੰਦਗੀ ਆਪਣੇ ਅੰਦਰ ਸਤ ਪੈਦਾ ਕਰ ਸੱਚ ਪੈਦਾ ਕਰ ਸੰਤੋਖ ਹੁਣ ਸੰਤੋਖ ਕੋਈ ਬਾਹਰੋਂ ਡਾਕਟਰ ਜਾਂ ਦੁਕਾਨ ਤੋਂ ਮਿਲਣ ਵਾਲੀ ਚੀਜ਼ ਨਹੀਂ ਹੈ ਇਹ ਸਿਰਫ ਗੁਰੂ ਕੋਲ ਮਿਲਣੀ ਹੈ ਇਹ ਗੁਰਬਾਣੀ ਤੋਂ ਮਿਲਣੀ ਹੈ ਤੇ ਮਾਰੇ ਕਿੰ ਲਗੇ ਆ ਨਾਮ ਸੁਣ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋ ਆ ਨਾਮ ਸੁਣ ਜਿਹਦੇ ਨਾਲ ਤੇਰੇ ਜੀਵਨ ਵਿੱਚ ਸੰਤੋਖ ਪੈਦਾ ਹੋਏਗਾ ਕਿਹੜਾ ਨਾਮ ਸਤਗੁਰੂ ਮਾਰੇ ਕਿੰ ਲਗੇ ਸਤ ਸੰਤੋਖ ਹੋਵੇ ਅਰਦਾਸ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਮੈਨੂੰ ਸੰਤੋਖ ਦੀ ਦਾਤ ਦੇ ਕਿਉਂਕਿ ਅਸੀਂ ਅਰਦਾਸਾਂ ਹੋਰ ਬਹੁਤ ਕਰਦੇ ਆਂ ਦੇਖੋ ਅਸੀਂ ਸਾਰਾ ਕੁਝ ਗੁਰੂ ਕੋਲ ਮੰਗਣਾ ਅਸੀਂ ਧੀਆਂ ਪੁੱਤਰਾ ਦੀ ਅਰਦਾਸ ਕਰਦੇ ਆਂ ਅਸੀਂ ਗੱਡੀਆਂ ਦੀ ਕਰਦੇ ਆਂ ਘਰ-ਬਾਰ ਦੀ ਕਰਦੇ ਆਂ ਤੰਦਰੁਸਤੀ ਦੀ ਕਰਦੇ ਆਂ ਈ ਵੀ ਅਰਦਾਸ ਕਰਿਆ ਕਰੋ ਸੇ ਸੱਚੇ ਪਾਤਸ਼ਾਹ ਮੈਨੂੰ ਸੰਤੋਖ ਦੀ ਦਾਤ ਬਖਸ਼ ਸਤ ਦੀ ਅਰਦਾਸ ਬਖਸ਼ ਤਾ ਸੁਣ ਸਤਿ ਬਹਾਲੇ ਪਾਸ ਫਿਰ ਜਦੋਂ ਇਹ ਅਰਦਾਸ ਕਰੇਗਾ ਨਾ ਗੁਰੂ ਤੈਨੂੰ ਇਹ ਅਰਦਾਸ ਸੁਣ ਕੇ ਕੋਲ ਬਿਠਾਏਗਾ ਕਿ ਮੇਰੇ ਭਗਤ ਨੇ ਅੱਜ ਸੰਤੋਖ ਦੀ ਦਾਤ ਮੰਗੀ। ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਪੂਤ ਕਹਿਣ ਲੱਗੇ ਸੰਤੋਖ ਦੀਆਂ ਮੁੰਦਰਾ ਪਾ ਸੱਚ ਦੀਆਂ ਮੁੰਦਰਾ ਪਾ ਤੇ ਕਹਿਣ ਲੱਗੇ ਸੰਤੋਖ ਕਦੋਂ ਆਏਗਾ ਜਦੋਂ ਤੂੰ ਰੱਬ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦੇਂਗਾ ਜਿਨੂੰ ਮਹਾਰਾਜ ਦੀ ਬਾਣੀ ਕਹਿੰ ਲੱਗੀ ਜਤ ਸਤ ਸੰਜਮ ਸਚ ਸੁਚੀਤ ਨਾਨਕ ਜੋਗੀ ਤ੍ਰਿ ਭਵਨ ਮੀਤ ਕਹਿੰ ਲੱਗੇ ਜਿਹਦੇ ਕੋਲ ਆ ਚੀਜ਼ਾਂ ਹੋ ਜਾਣਗੀਆਂ ਅਸਲ ਜੋਗੀ ਵੀ ਉਹ ਹੈ ਉਹ ਅਸਲ ਰੱਬ ਦਾ ਪਿਆਰਾ ਹੈ ਜਿਨੇ ਆਪਣੇ ਮਨ ਅੰਦਰ ਇਹ ਚੀਜ਼ਾਂ ਪੈਦਾ ਕਰ ਲਈਆਂ ਜਿਨੇ ਆਪਣੇ ਅੰਦਰ ਸੰਤੋਖ ਨੂੰ ਪੈਦਾ ਕਰ ਲਿਆ ਸੋਨੇ ਹੈ 68 ਕਾ ਇਸ਼ਨਾਨ ਤੇ ਕਹਿਣ ਲੱਗੇ ਰੱਬ ਦਾ ਨਾਮ ਸੁਣ ਕੇ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ 68 ਤੀਰਥ ਪਾਪ ਪੜ ਪੜ ਵਿਦਿਆ ਪੜ ਕੇ ਕੋਈ ਮੰਨ ਇਹ ਗੱਲ ਨਾ ਇਹ ਗੱਲ ਅੱਜ ਵੀ ਪ੍ਰਚਾਰੀ ਜਾਂਦੀ ਹੈ ਪੁਰਾਣੇ ਸਮਿਆਂ ਵਿੱਚ ਬ੍ਰਾਹਮਣ ਵੱਲੋਂ ਕਿ ਜੇ ਕੋਈ 68 ਤੀਰਥ ਦਾ ਇਸ਼ਨਾਨ ਕਰੇਗਾ ਤੇ ਉਹਨੂੰ ਆ ਪਦਵੀ ਪੈਦਾ ਹੋਏ ਸਤਗੁਰੂ ਦੀ ਗੁਰਬਾਣੀ ਨੂੰ ਤੁਸੀਂ ਜਦੋਂ ਧਿਆਨ ਨਾਲ ਪੜੋਗੇ ਨਾ ਗੁਰ ਸਿੱਖੋ ਮਹਾਰਾਜ ਨੇ ਤਾਂ ਇੱਥੋਂ ਤੱਕਰ ਕਿਹਾ ਕਹਿਣ ਲੱਗੇ ਤੇਰੇ ਲਈ ਸਿੱਖਾ ਪ੍ਰਮਾਤਮਾ ਦਾ ਨਾਮ ਹੀ 68 ਤੀਰਥ ਨੇ ਜੇ ਤੂੰ ਚੰਗੇ ਕਰਮ ਕਰ ਰਹੇ ਆਂ ਪ੍ਰਮਾਤਮਾ ਦਾ ਨਾਮ ਜਪ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਸੀਆਂ ਕੀਤੀਆਂ ਨਾ ਮਹਾਰਾਜ ਜਿੱਥੇ ਵੀ ਗਏ ਬਿਹਾਰ ਗਏ ਬਨਾਰਸ ਗਏ ਪਹਾੜ ਗਏ ਜਿੱਥੇ ਜਿੱਥੇ ਵੀ ਗਏ ਮਾਰਾਇਨੇ ਉੱਚ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਤੁਹਾਨੂੰ ਮੂਰਖ ਬਣਾ ਰਹੇ ਨੇ ਇਸ ਤੋਂ ਜ਼ਿਆਦਾ ਕੁਝ ਨਹੀਂ ਧਰਮ ਇਹ ਨਹੀਂ ਸਿਖਾਉਂਦਾ 88 ਤੀਰਥਾਂ ਦੇ ਇਸ਼ਨਾਨ ਤੇਰੇ ਲਈ ਉਦੋਂ ਚੰਗੇ ਨੇ ਜਦੋਂ ਤੂੰ ਰੱਬ ਦੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾਏਗਾ ਜਦੋਂ ਤੇਰੇ ਕੋਲ ਨਾਮ ਹੋਏਗਾ ਤੇ ਮਾਰੇ ਕਹਿੰਦੇ ਕਿ 18 ਤੀਰਥ ਨੇ ਜਦੋਂ ਤੇਰੇ ਕੋਲ ਸਤਿਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਜਦੋਂ ਤੇਰੇ ਅੰਦਰ ਸੰਤੋਖ ਪੈਦਾ ਹੋ ਗਿਆ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਸਾਏ ਕੀ ਕਹਿੰਦੇ ਗੁਰੂ ਦੇ ਸ਼ਬਦ ਨੂੰ ਵਸਾ ਤੇ ਜੇਦ ਕਹ ਲਗੇ ਸਤੀ ਪੈਰੀ ਸਤ ਭਲਾ ਬਈਏ ਪੜਿਆ ਬਾਸ ਜਦੋਂ ਰੱਬ ਦੇ ਨਾਮ ਨੂੰ ਪਿਆਰਿਆ ਕੋਲ ਬੈਠੇਗਾ ਨਾਮ ਨੂੰ ਜਪੇਗਾ ਤੇਰੇ ਅੰਦਰੋਂ ਨਾਮ ਪ੍ਰਗਟ ਹੋਏਗਾ ਤੇ ਕਹਿਣ ਲੱਗੇ ਇਹ 68 ਤੀਰਥ ਨੇ ਸੁਣ ਐ ਪੜ ਪੜ ਪਾਵੇਂ ਮਾਨ ਤੇ ਕਹਿਣ ਲੱਗੇ ਜਿਹੜੇ ਰੱਬ ਦੇ ਨਾਮ ਨੂੰ ਉਪਦੇਸ਼ ਨੂੰ ਸੁਣ ਲੈਂਦੇ ਨੇ ਉਹਨਾਂ ਅੰਦਰ ਵਾਹਿਗੁਰੂ ਕਹਿਣ ਲੱਗੇ 18 ਤੀਰਥਾਂ ਦੇ ਨਾਮ ਨੂੰ ਜਪ ਕੇ ਜੋ ਸਤਕਾਰ ਵਿਦਿਆ ਪੜ ਕੇ ਪਾਉਂਦੇ ਨੇ ਫਿਰ ਉਹ ਭਗਤ ਜਨ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਂਦੇ ਨੇ ਜੋ ਉਹਨਾਂ ਨੂੰ ਇੱਜ਼ਤ ਮਾਣ ਪ੍ਰਮਾਤਮਾ ਦੇ ਨਾਮ ਨੂੰ ਪੜ ਸੁਣ ਕੇ ਮਿਲਦਾ ਹੈ ਤੇ ਕਹਿਣ ਲੱਗੇ ਇਹ ਨਾਮ ਕਦੋਂ ਮਿਲਦਾ ਹੈ ਜਦੋਂ ਉਹ ਧਿਆਨ ਨਾਲ ਸੁਣਦੇ ਨੇ ਸੋਣੇ ਲਾਗੇ ਸਹਿਜ ਧਿਆਨ ਫਿਰ ਉਹਨਾਂ ਦਾ ਧਿਆਨ ਪਰਮਾਤਮਾ ਦੇ ਨਾਮ 'ਚ ਜੁੜ ਜਾਂਦਾ ਹੈ ਮਹਾਰਾਜ ਜਦੋਂ ਸਤਗੁਰੂ ਪਾਤਸ਼ਾਹ ਨੇ ਆਖਿਆ ਨਾ ਹਮ Hindu ਨਾ Musalman Allah Ram ਕੇ ਪਿੰਡ ਪ੍ਰਾਂ ਤੇ ਜਦੋਂ ਇਹ ਗੱਲ ਕਹੀ ਨਾ ਤੇ ਕਾਜੀ ਸਾਰੇ ਇਕੱਠੇ ਹੋ ਕੇ ਆ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਗੁਰੂ ਨਾਨਕ ਜੀ ਤੁਸੀਂ ਇਹ ਜਿਹੜੀਆਂ ਗੱਲਾਂ ਕਹੀਆਂ ਨਾ ਕੋਈ ਮੁਸਲਮਾਨ ਹੈ ਨਾ ਕੋਈ Hindu ਹੈ ਸਭ ਰੱਬ ਦੇ ਪਿਆਰੇ ਕੈਨ ਲੱਗੇ ਚਲੋ ਫਿਰ ਸਾਡੇ ਨਾਲ ਮਸਜਿਦ ਚ ਜਾ ਕੇ ਨਵਾਜ਼ ਪੜੋ ਧੰਨ ਗੁਰੂ ਨਾਨਕ ਸਾਹਿਬ ਮਾਰੇ ਕੈਨ ਲੱਗੇ ਜੇ ਤੁਸੀਂ ਮਸਜਿਦ ਚ ਨਵਾਜ਼ ਪੜ ਸਕਦੇ ਹੋ ਤੇ ਮੈਨੂੰ ਕੀ ਹੈ ਮੈਂ ਵੀ ਪੜ ਸਕਦਾ ਚਲੋ ਚਲੇ ਗਏ ਜਿਹੜਾ ਕਾਜੀ ਸੀ ਉਹਨੇ ਨਵਾਜ਼ ਪੜਨੀ ਸ਼ੁਰੂ ਕਰਤੀ ਅੱਖਾਂ ਬੰਦ ਕੀਤੀਆਂ ਤੇ ਜਿਹੜਾ ਉਹਨਾਂ ਨਾਲ ਮੌਲਾਣਾ ਸੀ ਉਹ ਵੀ ਨਵਾਜ਼ ਪੜ ਰਿਹਾ ਸੀ ਗੁਰੂ ਨਾਨਕ ਸਾਹਿਬ ਮਾਰੇ ਕੋਲ ਖੜੇ ਤੇ ਜਦੋਂ ਉਹਨਾਂ ਨੇ ਨਵਾਜ਼ ਪੜ ਲਈ ਉਹ ਕੈਨ ਲੱਗੇ ਤੁਸੀਂ ਨਵਾਜ਼ ਕਿਉਂ ਨਾ ਪੜੀ ਗੁਰੂ ਨਾਨਕ ਸਾਹਿਬ ਮਾਰੇ ਕਹਿਣ ਲੱਗੇ ਤੁਸੀਂ ਕਿਹੜਾ ਪੜੀ ਕਹਿ ਲੱਗੇ ਮੈਂ ਤਾਂ ਪੜੀ ਆ ਦੇਖੋ ਸਾਰਿਆਂ ਨੂੰ ਪਤਾ ਹੈ ਮਾਰੇ ਕਹਿਣ ਲੱਗੇ ਕਾਜੀ ਤੁਸੀਂ ਨਵਾਜ ਨਹੀਂ ਪੜੀ ਝੂਠ ਬੋਲਦੇ ਤੁਹਾਡਾ ਧਿਆਨ ਤਾਂ ਤੁਹਾਡੇ ਘਰ ਜਿਹੜੀ ਬਸ਼ੇਰੀ ਨੇ ਬੱਚਾ ਦਿੱਤਾ ਸੀ ਉਹਦੇ ਵਿੱਚ ਸੀ ਕਿ ਉਹ ਕਿਤੇ ਖੂਚੇ ਨਾ ਡਿੱਗ ਜਾਏ ਮੈਂ ਤਾਂ ਉਹਨੂੰ ਟੱਕ ਕੇ ਨਹੀਂ ਆਇਆ ਖੂਨ ਨੂੰ ਬੰਦ ਨਹੀਂ ਕਰਕੇ ਆਇਆ ਟੱਕ ਕੇ ਨਹੀਂ ਆਇਆ ਕਿ ਮਲਾਣਾ ਜੀ ਕਹਿਣ ਲੱਗੇ ਮੇਰੇ ਨਾਲ ਪੜ ਲੈਣ ਸੀ ਕਹਿਣ ਲੱਗਾ ਐਵੇਂ ਨਾ ਕਰੋ ਤੁਸੀਂ ਤਾਂ ਦੂਰ ਹੀ ਬੜੀ ਚਲਗੇ ਤੁਸੀਂ ਕਾਬਲ ਕੰਧਾਰ ਦੇ ਵਿੱਚ ਘੋੜਿਆਂ ਦਾ ਵਪਾਰ ਦੇਖਦੇ ਪਏ ਸੀ ਉਹ ਸਭ ਗੁਰੂ ਨਾਨਕ ਦੇ ਚਰਨਾਂ ਵਿੱਚ ਢੇਰੀ ਹੋ ਗਏ ਤੁਹਾਰੇ ਕਹ ਲੈ ਕਿ ਧਿਆਨ ਕਿੱਥੇ ਸੀ ਧਿਆਨ ਤਾਂ ਨਹੀਂ ਰੱਬ ਦੇ ਵਿੱਚ ਧਿਆਨ ਮਨ ਕਰਕੇ ਹੋਣਾ ਚਾਹੀਦਾ ਤਨ ਨੂੰ ਨਹੀਂ ਤਨ ਕਰਕੇ ਤਾਂ ਅਸੀਂ ਸਾਰੇ ਹੀ ਆ ਤਨ ਕਰਕੇ ਤਾਂ ਬੈਠੇ ਹੁੰਨੇ ਆ ਭਾਵੇਂ ਗੁਰਦੁਆਰੇ ਮੰਦਰ ਮਸਜਿਦ ਮਾਰੇ ਕਹ ਲੈ ਕਿ ਮਨ ਕਰਕੇ ਕੋਣ ਹੈ ਸਤਿਗੁਰੂ ਕਹਿੰ ਲੈ ਕਿ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਰੱਬ ਦੇ ਭਗਤ ਨੇ ਪਿਆਰੇ ਨੇ ਹਮੇਸ਼ਾ ਖੇੜੇ ਵਿੱਚ ਰਹਿੰਦੇ ਨੇ ਸੁਣਿਆ ਦੁੱਖ ਪਾਪ ਦਾ ਨਾਸ ਫਿਰ ਉਹਨਾਂ ਦੇ ਜੀਵਨ ਅੰਦਰ ਦੁੱਖ ਖਤਮ ਹੋ ਜਾਂਦੇ ਨੇ ਫੁੱਲ ਚੁਕਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ